ਪੁਸਤਕ ਨਾਮ ਸ਼ਬਦਾਂ ਦੀ ਆਪਸ਼ਾਰਦਾ ਅਗਲਾ ਪਾਗ ਹੈ ਮੈਡਮ ਟਿਵਾਨਾ ਡਾਕਟਰ ਸਤੀਸ਼ ਕੁਮਾਰ ਵਰਮਾਂ ਵੱਲੋਂ ਲਿਖਿਆ ਹੋਇਆ ਚਾਨਣ ਦਾ ਸੀ ਰੁੱਖ ਬੀਜਿਆ ਕਾਲਖਾਂ ਝੜ ਝੜ ਪੈਣ ਕਿਸੇ ਚੰਦਰੇ ਦਾ ਪਰਛਾਵਾਂ ਪੈ ਗਿਆ ਲੇਖਕ ਡਾਕਟਰ ਦਲੀਪ ਘੋਟਿਵਾਨਾ ਜਸਪੀਰ ਭੁੱਲਰ ਦੇ ਸੱਦੇ ਤੇ ਆਪਣੇ ਅਧਿਆਪਕ ਡਾਕਟਰ ਦਲੀਪ ਘੋਟਿਵਾਨਾ ਬਾਰੇ ਸ਼ਬਦ ਚਿੱਤਰ ਲਿਖਣ ਦਾ ਫੈਸਲਾ ਲੈਣ ਸਮੇਂ ਮੈਂ ਸੂਰਪਰ ਚਲਿਤ ਵਿਧੀ ਵਿਵਧਾਨ ਨੂੰ ਤਿਆਗ ਕੇ ਸ਼ਖਸੀਅਤ ਅਤੇ ਸਾਹਿਤਿਕ ਸਰੋਕਾਰਾਂ ਦੇ ਅੰਤਰ ਸਬੰਧਾਂ ਵਿੱਚੋਂ ਮੈਡਮ ਟਿਵਾਣਾ ਦੇ ਰਚਨਾਤਮਕ ਗੌਰਵ ਦੀ ਤਲਾਸ਼ ਰੰਮੀ ਅਸਲ 'ਚ ਲੇਖਕ ਇੱਕ ਵਿਅਕਤੀ ਨਹੀਂ ਹੁੰਦਾ ਨਾ ਹੀ ਉਸ ਦੁਆਰਾ ਰਚਿਆ ਸਾਹਿਤ ਨਿਰੀਆਂ ਕਿਤਾਬਾਂ ਕਿਤੇ ਦੋਹਾਂ ਵਿਚਲਾ ਤਾਰ ਤੰਮਿਆ ਇੱਕ ਕੇਂਦਰੀ ਨੁਕਤੇ ਤੇ ਜੁੜਦਾ ਹੈ ਉਹ ਹੈ ਕਿਸੇ ਸੱਚ ਦੀ ਤਲਾਸ਼ ਜਿਹਨੂੰ ਜੀਵਨ ਤੇ ਸਾਹਿਤ ਦੇ ਅੰਤਰ ਸਬੰਧਾਂ ਚੋਂ ਪਛਾਣਿਆ ਜਾ ਸਕਦਾ ਹੈ मैडम तिवारीणा ਦੇ ਪ੍ਰਸੰਗ 'ਚ ਇੱਕ ਚੌਥਾਈ ਸਦੀ ਉਹਨਾਂ ਦੇ ਜੀਵਨ ਤੇ ਸਾਹਿਦ ਦੇ ਆਸ-ਪਾਸ ਵਿਚਰਦੇ ਆ ਮੈਂ ਕੁਝ ਪ੍ਰਭਾਵ ਲੈੇ ਹਨ ਜੋ ਨਾ ਪਰੰਪਰਕ ਵਿਧੀ ਵਾਲੇ ਕਿਸੇ ਰੇਖਾਚਿੱਤਰ 'ਚ ਸਮਾ ਸਕਦੇ ਐ ਨਾ ਪਰੰਪਰੇ ਕਲੋਚਨਾ ਵਿਧੀਆਂ ਅਨੁਸਾਰ ਲਿਖੇ ਕਿਸੇ ਖੋਜ ਪੱਤਰ 'ਵਿਚ ਇਸ ਪਰਥਾਏ ਜੀਵਨ ਤੇ ਸਾਹਿਦ ਦੇ ਆਧਾਰਾਂ 'ਤੇ ਪਸਾਰਾਂ ਵਿੱਚੋਂ ਕਿਸੇ ਬਜਵੇਂ ਸਰੂਪ ਨੂੰ ਹੀ ਸ਼ਬਦ ਚਿੱਤਰ ਦੀ ਕੋਟੀ 'ਚ ਰੱਖਿਆ ਜਾ ਸਕਦਾ ਹੈ ਜਿਸ ਨੂੰ ਪਿਛਲੇ 25 ਸਾਲਾਂ 'ਚ ਮੈਡਮ ਦਾ ਜੀਵਨ ਤੇ ਰਚਨਾ ਸਪਨੇ ਤੇ ਯਥਾਰ ਦੇ ਆਰ ਪਾਰ ਫੈਲੇ ਨਜ਼ਰ ਆਈ ਹਨ ਉਹਨਾਂ ਦੀ ਸ਼ਖਸੀਅਤ ਤੇ ਰਚਨਾ ਅਰਸ਼ ਤੇ ਫਰਸ਼ ਦੋਹਾਂ ਵਿੱਚ ਘਾਰੀ ਹੋਈ ਹੈ ਜਿਸ ਤੋਂ ਬਿੰਦੂ ਤੋਂ ਕਾਇਨਾਤ ਤੇ ਕਾਇਨਾਤ ਤੋਂ ਬਿੰਦੂ ਬਣਨ ਦੀ ਸਮਰੱਥਾ ਹੈ ਉਹਦੀ ਸ਼ਖਸੀਅਤ ਦਾ ਹੀ ਪਹਿਲੂ ਵਿਸਤ੍ਰਿਤ ਹੋ ਕੇ ਉਹਦੀ ਰਚਨਾ ਸੰਸਾਰ ਬਣ ਜਾਂਦਾ ਹੈ ਇਸ ਲਈ ਮੈਡਮ ਦੀ ਸ਼ਖਸੀਅਤ ਤੇ ਰਚਨਾ ਇੱਕ ਦੂਜੇ 'ਚ ਅਪੇਧ ਹਨ ਜੀਣਾ ਤੇ ਲਿਖਣਾ ਇੱਕੋ ਸਿੱਕੇ ਦੇ ਦੋ ਪਾਸੇ ਹਨ ਇਹ ਸਮਝਣ ਲਈ ਰਸਮੀ ਵਿਧੀਆਂ ਤੋਂ ਪਾਰ ਜਾਣ ਦੀ ਲੋੜ ਹੈ ਜਿਵੇਂ ਉਹਦੀ ਸ਼ਖਸੀਅਤ ਵਿਹਾਰ ਤੇ ਰਚਨਾਵਾਂ ਦੇ ਰਸਮੀ ਤੌਰ ਤੇ 25 ਸਾਲ ਉਪਰੰਤ ਉਹਨੂੰ ਇਸਤਰੀ ਸਮੱਸਿਆ ਦੀ ਲੇਖਕਾ ਦੇ ਤੌਰ ਤੇ ਸਵੀਕਾਰਿਆ ਜਾਂਦਾ ਹੈ ਪਰ ਦੂਜੇ ਪਾਸੇ ਉਹਦੀਆਂ ਰਚਨਾਵਾਂ ਦੇ ਡੂੰਘੇ ਵਿਸ਼ਲੇਸ਼ਣ ਤੋਂ ਭਲੀ ਭਾਂਤ ਸਿੱਧ ਹੋ ਜਾਂਦਾ ਹੈ ਕਿ ਇਸਤਰੀ ਸਮੱਸਿਆਵਾਂ ਉਹਦੀ ਲੇਖਣੀ ਦਾ ਇੱਕ ਭਾਗ ਹਨ ਸਮੋੱਚਾ ਆਪਾ ਨਹੀਂ ਅਗਨੀ ਪ੍ਰੀਖਿਆ ਤੋਂ ਲੈ ਕੇ ਕਥਾ ਤੁਰਦੀ ਰਹੀ ਤੱਕ ਉਹਦੇ ਪਾਤਰ ਕਿਸੇ ਨਾ ਕਿਸੇ ਸਵੈ ਵਿਸ਼ਲੇਸ਼ਣ ਵਿੱਚ ਉਲੰਘਦੇ ਹਨ ਆਪਣੇ ਅੰਤਰ ਦੇ ਬਾਹਰ ਨਾਲ ਸੰਵਾਦ ਰਚਾਉਂਦੇ ਹਨ ਉਹਦੇ ਭਾਵ ਸੰਸਾਰ ਦੀ ਪਛਾਣ ਪਾਤਰਾਂ ਰਹੀ ਹੁੰਦੀ ਹੈ ਉਸੇ ਦੁਆਰਾ ਇਹ ਵਿਚਾਰ ਸੰਚਾਰ ਕਰਦੀ ਹੈ ਇਹ ਪਾਤਰ ਸਿਮਰਨ ਜਈ ਪੜੀ ਲਿਖੀ ਕੁੜੀ ਵੀ ਹੋ ਸਕਦੀ ਹੈ ਬੀਜੀ ਵਰਗੀ ਲੋਕ ਸੱਚ ਦੀ ਪ੍ਰਤੀਨਿਧ ਬਜ਼ੁਰਗ ਔਰਤ ਵੀ ਉਹ ਸਥਿਤੀਆਂ ਨੂੰ ਉਲਟਾ ਕੇ ਵੀ ਵੇਖਦੀ ਹੈ ਆਮ ਤੌਰ ਤੇ ਮੰਨ ਲਿਆ ਜਾਂਦਾ ਹੈ ਕਿ ਪੁਰਾਤਨ ਪੀੜੀ ਖਾਸ ਕਰ ਔਰਤ ਬੇਜ਼ੁਬਾਨ ਤੇ ਪੜੀ ਲਿਖੀ ਪੀੜੀ ਵਿਸ਼ੇਸ਼ ਕਰ ਔਰਤ ਬੇਬਾਕ ਟਿਵਾਣਾ ਦੀਆਂ ਰਚਨਾਵਾਂ ਵਿੱਚ ਇਹ ਤਵਾਜ਼ਨ ਹਿੱਲ ਜਾਂਦਾ ਹੈ ਇੱਥੇ ਪੜ੍ਹੀ ਲਿਖੀ ਔਰਤ ਬਹੁਤੀ ਵਾਰ ਸਭ ਕੁਝ ਸਹਿ ਜਾਣ ਵਾਲੀ ਅੰਦਰੇ ਅੰਦਰ ਪੀ ਜਾਣ ਵਾਲੀ ਆਪਣੀਆਂ ਆకాంਖਿਆਵਾਂ ਨੂੰ ਮੂਹਕ ਰੂਪ 'ਚ ਕਹਿਣ ਵਾਲੀ ਬੇਜ਼ੁਬਾਨ ਹੈ ਦੂਜੇ ਪਾਸੇ ਪੁਰਾਣੀ ਪੀੜ੍ਹੀ ਬੇਬਾਕ ਹੈ ਤੇ ਜੋ ਸਭ ਕੁਝ ਕਹਿ ਸਕਦੀ ਹੈ ਉਹਦੇ ਨਾਵਲ ਹਸਤਾਖਰ ਵਿੱਚ ਇਹ ਸਥਿਤੀ ਮੁੱਖਰ ਰੂਪ 'ਚ ਸਾਹਮਣੇ ਆਉਂਦੀ ਹੈ ਅਸਲ 'ਚ ਡਾਕਟਰ ਟਿਵਾਣਾ ਆਪਣੇ ਪਾਤਰਾਂ ਨੂੰ ਆਰੋਪਤ ਨਹੀਂ ਕਰਦੀ ਉਹਦੇ ਪਾਤਰ ਜਿਨ੍ਹਾਂ ਸਥਿਤੀਆਂ 'ਚ ਵਿਚਰਦੇ ਹਨ ਉਹਨਾਂ ਸਥਿਤੀਆਂ ਤੇ ਪਰ ਸੰਗ ਵਿੱਚ ਹੀ ਉੱਸਰਦੇ ਹਨ ਉਹਦੀ ਰਚਨਾ ਦਾ ਕੇਂਦਰ ਬਿੰਦੂ ਮੱਧ ਸ਼੍ਰੇਣੀ ਹੈ ਮੱਧ ਸ਼੍ਰੇਣੀ ਚ ਔਰਤ ਸਭ ਕੁਝ ਨੂੰ ਸਮਝਣ ਤੇ ਕੁਝ ਵੀ ਕਹਿ ਨਾ ਸਕਣ ਦੀ ਦੂਰ ਹੰਡਾਰੀ ਹੈ ਮੈਡਮ ਟਿਵਾਨਾ ਦੀ ਪ੍ਰਾਪਤੀ ਇਸ ਵਿੱਚ ਹੈ ਕਿ ਉਹ ਸਭ ਕੁਝ ਸਮਝਣ ਵਾਲੀ ਔਰਤ ਨੂੰ ਆਪਣੀ ਰਚਨਾ ਚ ਪ੍ਰਸਤੁਤ ਕਰ ਰਹੀ ਹੈ ਸਮਾਪਨ ਤੇ ਔਰਤ ਸਭ ਕੁਝ ਕਹਿ ਸਕਣ ਦੀ ਸਥਿਤੀ ਵਿੱਚ ਵੀ ਆ ਜਾਏਗੀ ਤਾਂ ਮੈਡਮ ਟਿਵਾਨਾ ਦੀਆਂ ਰਚਨਾਵਾਂ ਵਿੱਚ ਵੀ ਉਸ ਇਸਤਰੀ ਦਾ ਬਿੰਬ ਫਸਰ ਜਾਏਗਾ ਇਹ ਦਵੰਦਮਈ ਸਥਿਤੀ ਉਹਦੀ ਕਹਾਣੀ ਇੱਕ ਹੌਕੇ ਦੀ ਮੌਤ ਵਿੱਚ ਵੀ ਸਪਸ਼ਟ ਹੁੰਦੀ ਹੈ ਤੇਰਾ ਮੇਰਾ ਕਮਰਾ ਵਿੱਚ ਵੀ ਜਿੱਥੇ ਉਹਦੀ ਨਾਇਕਾ ਦੂਜੇ ਪਾਤਰ ਨੂੰ ਕੁਝ ਨਹੀਂ ਕਹਿ ਰਹੀ ਸਗੋਂ ਸਵੈ ਸੰਵਾਦ ਰਾਹੀਂ ਭਾਵ ਸੰਚਾਰ ਕਰ ਰਹੀ ਹੈ ਇਹ ਹੀ ਸਥਿਤੀ ਨਾਵਲ ਧੁੱਪਛਾਂ ਤੇ ਰੁੱਖ ਦੀ ਨਾਇਕਾ ਦੀ ਵੀ ਹੈ ਜੋ ਆਪਣੀ ਸੀਮਾ ਵੀ ਜਾਣਦੀ ਹੈ ਤੇ ਸੰਭਾਵਨਾ ਵੀ ਪਛਾਣਦੀ ਹੈ ਮੈਡਮ ਟਿਵਾਣਾ ਦੀਆਂ ਨਾਇਕਾਵਾਂ ਨੂੰ ਆਪਣੀ ਹੋਣੀ ਦਾ ਪਤਾ ਹੈ ਇਸ ਲਈ ਉਹ ਆਪਣੀ ਹੋਣੀ ਭੁਗਤਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ ਇਸ ਲੜੀ 'ਚ ਭਾਵੇਂ ਇਹ ਹਮਾਰਾ ਜੀਵਨਾ ਦੀ ਅਨਪੜ ਨਾਇਕਾ ਹੋਵੇ ਭਾਵੇਂ ਪੀਲੇ ਪੱਤਿਆਂ ਦੀ ਦਾਸਤਾ ਦੀ ਪੜੀ ਲਿਖੀ ਨਾਇਕਾ ਮੈਡਮ ਟਿਵਾਣਾ ਦਾ ਨਾਇਕਾ ਤਵ ਯੂਨਾਨੀ ਤਰਾਸਤੀ ਦੇ ਸੰਕਲਪਨ ਨੂੰ ਅੰਗੀਕਾਰ ਕਰਦਾ ਹੈ ਜਿੱਥੇ ਤਰਾਸਤੀ ਨੂੰ ਰੋਕਣਾ ਪਾਤਰਾਂ ਦੇ ਵਾਸਚ ਨਹੀਂ ਪਰ ਤਰਾਸਤੀ ਨੂੰ ਭੋਗਣ ਲਈ ਤਿਆਰ ਹੋਣਾ ਤੇ ਸਵੈ ਸਜ਼ਾ ਦੇ ਪ੍ਰਤੀਮਾਨ ਮਿਥਣਾ ਉਹਨਾਂ ਲਈ ਸਹਿਜ ਵਰਤਾਰਾ ਹਨ ਤਰਾਸਤੀ ਤਾਂ ਟਿਵਾਣਾ ਦੇ ਰਚਨਾ ਸੰਸਾਰ ਚ ਮੂਲ ਪੱਧਰ ਤੇ ਪਈ ਹੈ ਇਸ ਨਾਟਕੀ ਦੇ ਪਸਾਰ ਸ਼ੈਕਸਪੀਅਰ ਯੰਤਰਸਤੀ ਦੇ ਸਰੂਪ 'ਚ ਵੀ ਭਲੇ ਹੈ ਜਿੱਥੇ ਪਾਤਰ ਦਾ ਆਪਾ ਨਾਟਕੀ ਦਾ ਵਾਹਕ ਬਣਦਾ ਹੈ ਜਿਵੇਂ ਕਥਾ ਕਹੂ ਰੂਸ਼ੀ ਦੀ ਕੇਂਦਰੀ ਪਾਤਰ ਅਲਕਾ ਨਾਲ ਵਾਪਰਦਾ ਹੈ ਜਿਹੜੀ ਆਪਣੇ ਸੁਭਾਅ ਕਾਰਨ ਨਾ ਕੇਵਲ ਨਾਟਕੀ ਦਾ ਸ਼ਿਕਾਰ ਬਣਦੀ ਹੈ ਸਗੋਂ ਨਾਟਕੀ ਦਾ ਕਾਰਨ ਵੀ ਬਣਦੀ ਹੈ ਜਿਨੇ ਸਮੀਖਿਅਕ ਤੇ ਪਾਠਕ ਡਾਕਟਰ ਟਿਵਾਣਾ ਨੂੰ ਇਸਤਰੀ ਦਾ ਹਮਦਰਦ ਲੇਖਕ ਮੰਨ ਕੇ ਤੁਰਦੇ ਹਨ ਉਨਾਂ ਲਈ ਇਸ ਨਾਵਲ ਦਾ ਪਾਠ ਇੱਕ ਵੰਗਾਰ ਹੈ ਕਿਉਂਕਿ ਇਸਤਰੀ ਲੇਖਕ ਦੁਆਰਾ ਇਸਤਰੀ ਦੇ ਉਹਨਾਂ ਬਹੁ ਵਿਧ ਪਸਾਰਾਂ ਨੂੰ ਚਿਤਰਿਆ ਗਿਆ ਹੈ ਜਿਹੜੇ ਆਣੇ ਜਾਣੇ ਅਣਜਾਣੇ ਜ਼ਾਲਮਾਨਾ ਵਿਹਾਰਾਂ ਨਾਲ ਜਾਂ ਜੁੜਦੇ ਹਨ ਆਪਣੇ ਰਚਨਾ ਸੰਸਾਰ ਦੇ ਸੱਚ ਨੂੰ ਆਪਣੇ ਜੀਵਨ ਦੇ ਸੱਚ ਦੇ ਰੂਪ ਚ ਚੱਲਣਾ ਮੈਡਮ ਦੀ ਫਿਤਰਤ ਹੈ। ਇਹੀ ਕਾਰਨ ਹੈ ਅਕਸਰ ਉਹਨਾਂ ਪਾਸ ਦੁਖੀ ਆਤਮਾਵਾਂ ਦੀ ਪਰਮਾਰ ਰਹਿੰਦੀ ਹੈ। ਘਰੋਂ ਨਿਰਾਸ਼ ਪਤੀ ਦੀਆਂ ਹਸਤਾਈਆਂ ਈਵ ਟੀਜ਼ਿੰਗ ਦੀਆਂ ਸ਼ਿਕਾਰ ਕੁੜੀਆਂ ਜੀਵਨ ਤੋਂ ਨਿਰਾਸ਼ਕ ਏ ਥੱਕੇ ਬੇਰੋਜ਼ਗਾਰ ਨੌਜਵਾਨ ਵੱਡੇ ਪਰਿਵਾਰਾਂ ਦੇ ਬੋਝ ਹੇਠ ਦਬੇ ਪਿੰਡੂ ਗਰੀਬਾਂ ਦੀ ਮੁਫਤ ਕਾਉਂਸਲਿੰਗ ਮੈਡਮ ਦੇ ਘਰ ਹਰ ਪਲ ਚੱਲਦੀ ਰਹਿੰਦੀ ਹੈ ਸੱਤ ਵੱਲ ਪਾ ਕੇ ਆਏ ਰਿਸ਼ਤੇਦਾਰਾਂ ਤੇ ਫਿਰ ਉਹਨਾਂ ਦੇ ਅੱਗੇ ਰਿਸ਼ਤੇਦਾਰਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਨਿਰੰਤਰ ਤਲਾਸ਼ ਮੈਡਮ ਦੇ ਹੱਥ ਨਿੱਜੀ ਸਰੋਕਾਰ ਕਿਸੇ ਦਾ ਨਿਆਣਾ ਫੇਲ ਹੋ ਗਿਆ ਕਿਸੇ ਵਿਚਾਰੇ ਨੂੰ ਨੌਕਰੀ ਚਾਹੀਦੀ ਹੈ ਮੇਰੇ ਵਰਗੇ ਮੈਡਮ ਦੇ ਕਈ ਸਿਪਾਸ ਲਾਰੇ ਨਹੀਂ ਕੰਮੀ ਲੱਗੇ ਰਹਿੰਦੇ ਆ ਕੁਝ ਸਮਾਂ ਪਹਿਲਾਂ ਮੈਡਮ ਨੂੰ ਉਸ ਲੇਖਕ ਜੋ ਕਦੇ ਉਹਨਾਂ ਦਾ ਵਿਦਿਆਰਥੀ ਵਿਦਿਆਰਥੀ ਸੀ ਦੀ ਚਿੰਤਾ ਸਤਾਉਣ ਲੱਗੀ ਜਿਹੜਾ ਕਾਲਜ ਲੈਕਚਰਰ ਵਜੋਂ ਰਿਟਾਇਰ ਹੋ ਗਿਆ ਹੈ ਪੈਨਸ਼ਨ ਮਿਲੀ ਨਹੀਂ ਬੱਚੇ ਸੈਟਲ ਨਹੀਂ ਹੋਏ ਤੇ ਦਾਸ ਨੂੰ ਹੁਕਮ ਹੋਇਆ ਕਿ ਉਸ ਲੋੜ ਵੰਦ ਲਈ ਕੋਈ ਨੌਕਰੀ ਦਾ ਇੰਤਜ਼ਾਮ ਫੌਰਨ ਕਰਤਾ ਜਾਏ ਮੈਂ ਜਦੋਂ ਪੂਰੀ ਬਾਹ ਲਾ ਕੇ ਕਿਸੇ ਅਮੀਰ ਮੈਨੇਜਮੈਂਟ ਦੇ ਚੰਗੇ ਅਨ ਅਫੀਲੀਏਟਿਡ ਕਾਲਜ ਦੀ ਰਿਹਾਇਸ਼ ਸਮੇਤ ਪ੍ਰਿੰਸੀਪਲਸ਼ਿਪ ਦਾ ਜੁਗਾੜ ਕਰਕੇ ਮੈਡਮ ਦਾ ਹੁਕਮਜਾਨ ਚ ਪੂਰੀ ਸਫਲਤਾ ਹਾਸਲ ਕਰਕੇ ਮੈਡਮ ਦੇ ਦਰਬਾਰ ਚ ਸ਼ਾਨ ਨਾਲ ਪਹੁੰਚਿਆ ਤਾਂ ਮੈਡਮ ਉਸੋਸੇ ਜੇ ਬੈਠੇ ਸੀ ਉਹਨਾਂ ਦੀ ਮਿਹਨਤ ਤੇ ਪਾਣੀ ਫਿਰ ਚੁੱਕਾ ਸੀ ਕਿਉਂਕਿ ਲੇਖਕ ਮਹੋਦਿਆ ਤਾਂ ਪੰਜਾਬ ਬੰਬਈ ਦੀ ਫਿਲਮ ਨਗਰੀ ਚ ਸੰਗੀਤਕਾਰ ਵਜੋਂ ਪਵੇਖਾ ਜਮਾਉਣ ਲਈ ਜਾ ਚੁੱਕੇ ਸੀ ਥੀਟਰ ਆਫ क्रੂਅਲਟੀ ਦੇ ਜ਼ੁਲਮਦਾਰ ਆਨੰਦ ਮਾਨਣ ਵਾਲੇ ਜੀਵਨ ਦੇ ਅਜੇ ਮਾਰਮਿਕ ਤੇ ਵਿਭਿੰਨ ਅਨੁਭਵਾਂ ਥਾਣੀ ਨਿਤ ਦਿਨ ਹਰ ਪਲ ਗੁਜ਼ਰਨ ਵਾਲੀ ਮੈਡਮ ਦਿਵਾਨਾ ਨੂੰ ਸ਼ਾਇਦ ਇਸੇ ਲਈ ਕਿਸੇ ਇੱਕ ਕੋਟੀ ਦੀ ਲੇਖਕ ਵੱਜੋਂ ਸਵੀਕਾਰ ਕਰਨਾ ਵੀ ਅਨੇਹਾ ਹੈ ਕਿਉਂਕਿ ਉਹ ਜੀਵਨ ਦੇ ਸਮੋਚ ਨਾਲ ਵਾਪਸਦਾ ਹੈ ਜਿਸ ਵਿੱਚ ਇਸ ਕਾਇਨਾਤ ਵਿੱਚਰਦੇ ਇਸਤਰੀ ਮਰਦ ਤਾਂ ਤਾਂ ਕੇਵਲ ਟੂਲਸ ਹਨ ਜਿਨ੍ਹਾਂ ਰਾਹੀਂ ਜ਼ਿੰਦਗੀ ਦੇ ਭੇਤਾਂ ਨੂੰ ਸਮਝਣ ਦਾ ਯਤਨ ਕੀਤਾ ਜਾ ਸਕਦਾ ਹੈ ਮੈਡਮ ਟਿਵਾਨਾ ਲਈ ਜੀਵਨ ਦੇ ਭੇਤਾਂ ਦੀ ਇਹ ਗੰਮੀ ਤਲਾਸ਼ੀ ਜੀਵਨ ਹੈ ਇਸੇ ਲਈ ਤਾਂ ਜੀਵਨ ਦੇ ਭੇਤਾਂ ਨੂੰ ਸਮਝਣ ਲਈ ਮਹਿੰਮਿਆਤਨ ਕਰ ਰਹੀ ਹੈ ਜਿਵੇਂ ਮੋਨ ਸਿੰਘ ਨੇ ਰੱਬ ਦੇ ਭੇਤਾਂ ਨੂੰ ਸਮਝਣ ਲਈ ਤਾਣ ਲਾਇਆ ਸੀ ਤੇ ਕਿਹਾ ਸੀ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ ਮੈਡਮ ਟਿਵਾਣਾ ਨੂੰ ਵੀ ਕਾਫਰ ਹੋਣ ਦੇ ਬਾਣ ਮਨਜ਼ੂਰ ਹੈ ਸ਼ਾਇਦ ਇਸੇ ਲਈ ਆਪਣੀਆਂ ਰਚਨਾਵਾਂ ਚੋਂ ਸਥਾਪਤ ਬਿੰਬ ਤੋੜਦੀ ਹੈ ਇਹ ਹਮਾਰਾ ਜੀਵਨਾ ਚ ਇੱਕ ਔਰਤ ਹੱਥੋਂ ਔਰਤ ਦੀ ਦੁਰਗਤ ਵੇਖਾ ਕੇ ਭਗਵੰਤੀ ਦੀ ਭਾਨੋ ਤੇ ਜਿੱਤ ਰਾਈ ਔਰਤ ਦੇ ਹਮਦਰਜਨਾ ਵਿਹਾਰ ਦਾ ਬਿੰਬ ਤੋੜਿਆ ਤੇ ਹੁਣ ਕਥਾ ਕਾ ਉਰਵਿਸ਼ੀ ਵਿੱਚ ਵੀ ਇਸ ਪ੍ਰਕਾਰ ਦੀ ਬੁੱਤ ਸਿਕਨੀ ਦਾ ਇਜ਼ਹਾਰ ਹੈ ਉਪਨਿਸ਼ਦਾਂ ਚ ਆਉਂਦਾ ਹੈ ਇਸਤਰੀ ਤੇ ਪੁਰਸ਼ ਦੋਵੇਂ ਚਿੱਤ ਅਵਸਥਾ ਦੇ ਨਾਂ ਹਨ ਕਿਸੇ ਇਸਤਰੀ ਚ ਪੁਰਸ਼ ਚਿੱਤ ਹੋ ਸਕਦਾ ਹੈ ਕਿਸੇ ਪੁਰਸ਼ ਵਿੱਚ ਇਸਤਰੀ ਚਿੱਤ ਮੈਡਮ ਟਿਵਾਣਾ ਵੀ ਅਜੇ ਪਾਤਰ ਸਿਰਜਦੀ ਹੈ ਉਹਦੀ ਕਥਾ ਕਾ ਉਰਵਿਸ਼ੀ ਵਿੱਚ ਲਈ ਅਲਕਾ ਪੁਰਸ਼ ਚਿਤ ਵਾਲੀ ਹੈ ਤੇ ਮੇਜਰ ਦਵਿੰਦਰ ਇਸਤਰੀ ਚਿਤ ਵਾਲਾ ਤੇ ਬਦਲਾਅ ਤੇ ਟਕਰਾਅ ਦੀ ਤ੍ਰਾਸਦੀ ਦਾ ਕਾਰਨ ਬਣਦਾ ਹੈ। ਇਸੇ ਬਦਲਾਅ ਤੇ ਟਕਰਾਅ 'ਚ ਅਰਵਿੰਦ ਉੱਪਰ ਉੱਠ ਜਾਂਦਾ ਹੈ ਤੇ ਸੰਨਿਆਸੀ ਬਣ ਕੇ ਜ਼ਿੰਦਗੀ ਦੇ ਭੇਤਾਂ ਨੂੰ ਖੋਲਣ ਦੇ ਸਮਰੱਥ ਹੋ ਜਾਂਦਾ ਹੈ। ਜਿਹੜੀ ਮੈਡਮ ਟਿਵਾਣਾ ਦੀ ਹੈ ਗੰਮੀ ਲੋਚਾ ਜਿਵੇਂ ਮੈਂ ਪਹਿਲਾਂ ਕਿਹਾ ਹੈ ਇਸਤਰੀ ਪੁਰਸ਼ ਤਾਂ ਡਾਕਟਰ ਟਿਵਾਣਾ ਲਈ ਟੂਲਸ ਹਨ। ਉਹ ਤਾਂ ਜੀਵਨ ਦੇ ਅਨੰਤ ਭੇਤਾਂ ਨੂੰ ਸਮਝਣ ਦੇ ਰਾਹ ਤੇ ਤੁਰੀ ਹੋਈ ਹੈ। ਵੇਦ ਉਪਨਿਸ਼ਦ ਉਸੇ ਰਾਹ ਦਸੇਰੇ ਹਨ ਜਾਂ ਲੋਕ ਸੱਚ ਉਸੇ ਦੀ ਉਂਗਲੀ ਫੜਦਾ ਹੈ ਜਿਹੜਾ ਬੇਜੀ ਵਰਗੇ ਪਾਤਰਾਂ ਹੀ ਆਕਾਰ ਗ੍ਰਹਿਣ ਕਰਦਾ ਹੈ ਇਸੇ ਲਈ ਉਸ ਵਾਸਤੇ ਨਿਰਜਿੰਦ ਵਸਤਾਂ ਵੀ ਸਜਿੰਦ ਬਣ ਜਾਂਦੀਆਂ ਭਾਵੇਂ ਕਥਾ ਕੋਹੋਰ ਵਿਸ਼ੇ ਵਿੱਚਲਾ ਮੋਟਰਸਾਈਕਲ ਹੋਵੇ ਜਾਂ ਤੇਲੀ ਦਾ ਨਿਸ਼ਾਨ ਵਿੱਚਲੀ ਤੇਲੀ ਇਵੇਂ ਹੀ ਸਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਵਿੱਚਲੀ ਰਾਤ ਹੋਵੇ ਜਾਂ ਜਿਮੀ ਪੁੱਛੇ ਅਸਮਾਨ ਵਿੱਚਲੀ ਪੰਜਾਬ ਸੰਸਦ ਦੇ ਪਰਛਾਵੇਂ ਇਹ ਸਾਰੀ ਮਾਨਵਿਕ੍ਰਿਤ ਰੂਪ ਚ ਹੁੰਦੇ ਹਨ ਉਮਾਨਵਾਂ ਨੂੰ ਵਸਤਾਂ ਵਿੱਚ ਤੇ ਵਸਤਾਂ ਨੂੰ ਮਾਨਵਾਂ ਵਿੱਚ ਉਲਟਾ ਕੇ ਵੇਖਣ ਦੀ ਕੋਸ਼ਿਸ਼ ਕਰਦੀ ਹੈ ਇਸੇ ਲਈ ਉਹਨੇ ਉਹਨੂੰ ਪਰਲ ਸ ਬਕਵਾਂਗ ਬੀਤ ਗਏ ਆਪਣੇ ਲੱਗਦੇ ਹਨ ਤੇ ਉਹ ਉਹਨਾਂ ਵਿੱਚਰ ਗਏ ਲੰਘ ਗਿਆ ਉਹਨੂੰ دریاਵਾਂ ਦੇ ਰੂਪ ਚ ਚਿਤਵਦੀ ਤੇ ਚਿੱਤਰਿਆਂ ਹੋਿਆਂ ਨੂੰ ਕਥਾ ਤੁਰਦੀ ਹੋਈ ਰਹੀਂ ਦੇ ਪ੍ਰਸੰਗਾਂ ਚ ਚਿਤਵਦੀ ਹੈ یوں ਦਲੇਪ ਘੋਟੇਵਾਣਾ ਦਾ ਰਚਨਾ ਜਗਤ ਦਿਸੇ ਤੇ ਅਣ ਦਿਸਤੇ ਦੇ ਅੰਤਰ ਸਬੰਧਾਂ ਦੀ ਮੁਸਲਸਲ ਯਾਤਰਾ ਜਿਸ ਵਿੱਚ ਉਹਦੇ ਪਾਤਰ ਜਿਉਂਦੇ ਥੀਂਦੇ ਹਨ ਉਸ ਲਈ ਜੀਵਨ ਦਾ ਮਹੱਤਵ ਤੇ ਗੌਰਵ ਹੈ ਫਰਦੀ ਸਾਰਥਕਤਾ ਜੀਵਨ ਦੇ ਸਰਬਕਾਲੀ ਸੱਚ ਦੇ ਪ੍ਰਸੰਗ ਵਿੱਚ ਹੀ ਹੈ ਉਹ ਆਪਣੇ ਪਾਤਰਾਂ ਦੀਆਂ ਚੰਗ ਖੁਸ਼ੀਆਂ ਸਰੀਰਕ ਲੋੜਾਂ ਕਾਮਖਿਆਵਾਂ ਨੂੰ ਪਹਿਲ ਨਾ ਦੇ ਕੇ ਉਹਨਾਂ ਦੇ ਮਨ ਤੇ ਰੂਹ ਦੇ ਸੱਚ ਨੂੰ ਬਿਆਨ ਕਰਦੀ ਹੈ ਉਸ ਲਈ ਸਬਲੀਮੇਟਿਡ ਮਨੁੱਖ ਦਾ ਮਹੱਤਵ ਹੈ ਉਹ ਆਪਣੇ ਪਾਤਰਾਂ ਨੂੰ ਵਰਜਨਾਵਾਂ ਤੋੜ ਕੇ ਪ੍ਰਾਪਤ ਕਰਨ ਵਾਲੀ ਖੁਸ਼ੀ ਤੋਂ ਵਰਜਣਾ ਚਾਹੁੰਦੀ ਹੈ ਇਸ ਲਈ ਪੀਲੇ ਪੱਤਿਆਂ ਦੀ ਦਾਸਤਾ ਦੀ ਨਾਇਕਾ ਦਾ ਹਸ਼ਰ ਮਾੜਾ ਹੁੰਦਾ ਹੈ ਕਥਾ ਕੌਰ ਵਸ਼ੀ ਵਿਚਲੇ ਘਰੋਂ ਭੇਜੇ ਪ੍ਰਿੰਸੀਪਲ ਤੇ ਸਪਨਾ ਮੌਤ ਦੇ ਮੂੰਹ ਚ ਜਾ ਪੈਂਦੇ ਹੈ ਮੈਡਮ ਦਿਵਾਣਾ ਦੇ ਸਿਰਜੇ ਮਨੁੱਖ ਦਾਇਕ ਮਿਨਿਮਮ ਲੈਵਲ ਹੈ ਜਿਸ ਤੋਂ ਹੇਠਾਂ ਡਿੱਗਿਆ ਮਨੁੱਖ ਨੂੰ ਸਵੀਕਾਰ ਨਹੀਂ ਨਾ ਸਾਹਿਤ ਵਿੱਚ ਨਾ ਜੀਵਨ ਵਿੱਚ ਇਸ ਲਈ ਕਦਰਾਂ ਕੀਮਤਾਂ ਦਾ ਸੰਘਰਸ਼ ਉਹਨਾਂ ਲਈ ਪ੍ਰਮੁੱਖ ਸਥਾਨ ਗ੍ਰਹਿਣ ਕਰ ਜਾਂਦਾ ਹੈ ਤਾਂ ਹੀ ਉਹਨੂੰ ਪੁਰਾਣੇ ਵੇਲੇ ਚੰਗੇ ਲੱਗਦੇ ਹੈ ਇਕ ਨਹੀਂ ਵੀ ਇੱਕ ਸੱਚ ਹੈ ਕਿ ਪੁਰਾਣੇ ਵੇਲੇਾਂ 'ਚ ਰਾਮ ਵੀ ਹੈ ਤੇ ਰਾਵਣ ਵੀ ਤੇ ਇਹੀ ਦੁਵੰਦ ਜੋਖੀਆਂ ਸਮਿਆਂ ਵਿੱਚ ਵੀ ਹੈ ਪਰੰਤੂ ਡਾਕਟਰ ਟਿਵਾਣਾ ਜਏ ਸਰਬਕਾਲੀ ਸੋਚ ਦੀ ਤਲਾਸ਼ 'ਚ ਗਲਤਾਨ ਹੈ ਜਿੱਥੇ ਮਾਣੇ ਪਰਛਾਵਿਆਂ ਦੀ ਪਕੜ ਨਾ ਹੋਵੇ ਇੱਕ ਸਾਫ ਸੁਥਰਾ ਸੁੱਚਾ ਜਾ ਉੱਚੀਆਂ ਸੋਚੀਆਂ ਕਦਰਾਂ ਕੀਮਤਾਂ ਵਾਲਾ ਚੰਮ ਖੁਸ਼ੀਆਂ ਤੋਂ ਉੱਪਰ ਰੂਹ ਦੇ ਨਾਲ ਜੀਣ ਵਾਲਾ ਬਰਾਬਰਤੀ ਤੇ ਸਾਂਵੇਂਪਣ ਦੀ ਹਮਾਇਤ ਵਾਲਾ ਦਰਸ਼ਕ ਮਨੁੱਖ ਤੇ ਆਦਰਸ਼ ਸੰਸਾਰ ਮੈਡਮ ਟਿਵਾਣਾ ਦੀ ਤਲਾਸ਼ ਦਾ ਉਦੇਸ਼ ਹੈ ਤਾਹੀ ਉਹਦੀਆਂ ਕਿਰਤਾਂ ਮਾਣੇ ਸਮਿਆਂ ਤੇ ਮਾਣੇ ਬੰਦਿਆਂ ਦੇ ਖਿਲਾਫ ਜਹਾਦ ਹਨ ਖੂਬਸੂਰਤੀ ਇਸ ਵਿੱਚ ਹੈ ਕਿ ਜਹਾਦ ਸਹਿਜ ਰੂਪ ਵਿੱਚ ਉਹਦੀਆਂ ਰਚਨਾਵਾਂ ਦੇ ਆਰ ਪਾਰ ਫੈਲਿਆ ਹੋਇਆ ਹੈ ਨਾ ਹੀ ਕਿਸੇ ਨਾਰੇ ਦਾ ਬਦਲ ਬਣਦਾ ਹੈ ਨਾ ਕਿਸੇ ਸਿਧਾਂਤ ਜਾਂ ਵਿਚਾਰਧਾਰਾ ਦਾ ਵਾਹਕ ਬਣਦਾ ਹੈ ਇਸ ਲਈ ਉਹਦੀਆਂ ਰਚਨਾਵਾਂ ਤਾਂ ਪਾਠ ਮਨ ਨੂੰ ਹੁਲਾਸ ਦੇਣ ਵਾਲਾ ਹੈ ਨੂੰ ਪੜ ਕੇ ਮਨ ਦੇ ਕੋਨਿਆਂ 'ਚ ਸਹਿਜ ਚਿਤ ਆਨੰਦ ਦੀ ਅਵਸਥਾ ਦਾ ਅਹਿਸਾਸ ਹੁੰਦਾ ਹੈ ਉਹ ਜੀਵਨ ਜਗਤ ਬ੍ਰਹਮ ਦੇ ਪੇਤਾਂ ਨੂੰ ਖੋਲਦੀ ਹੈ ਤੇ ਪਾਠਕ ਦਾ ਮਨ ਚਾਨਣ ਚਾਨਣ ਹੁੰਦਾ ਜਾਂਦਾ ਹੈ। ਇਹ ਹੀ ਡਾਕਟਰ ਟਿਵਾਣਾ ਦੀ ਪ੍ਰਪ। ਇਹ ਹੀ ਕਾਰਨ ਹੈ ਡਾਕਟਰ ਟਿਵਾਣਾ ਦੀ ਰਚਨਾਵਾਂ 'ਚ ਬਾਦਸ਼ਾਹ ਦੀ ਵਿਸ਼ੇਸ਼ ਖੂਬਸੂਰਤੀ ਹੈ। ਉਹ ਕਿਤੇ ਵੀ ਤਲਖ ਤੁਰਸ਼ ਸੰਵਾਦ ਨਹੀਂ ਸਿਰਜਦੀ। ਸਗੋਸ਼ੀਰੀ ਸੰਵਾਦ ਸਿਰਜਦੀ ਹੈ। ਉਹਦੇ ਪਾਤਰ ਵਿਚਾਰਾਂ ਦੇ ਟਕਰਾਓ 'ਚ ਜਿਉਂਦੇ ਹਨ। ਪਰੰਤੂ ਬੋਲ ਬਣੀਂਟ ਕਟੂ ਨਹੀਂ ਹੁੰਦੇ। ਤਾਂ ਹੀ ਉਹ ਪੰਜਾਬੀ ਵਿੱਚ ਸ਼ਾਇਦ ਇੱਕੋ ਇੱਕ ਲੇਖ ਹੈ ਜਿਹੜੀ ਖਮੋਸ਼ੀ ਦੀ ਜ਼ਬਾਨ ਸਿਰਜਣਾ ਜਾਣਦੀ ਹੈ। ਉਦੇ ਨਾਵਲਾਂ ਤੇ ਨਾਟਕਾਂ ਵਾਂਗ ਸ਼ਬਦ ਦੀ ਭਾਸ਼ਾ ਤੋਂ ਅਤ੍ਰਿਕਤ ਭਾਸ਼ਾਵੀ ਆਧਾਰ ਗ੍ਰਹਿਣ ਕਰਦੀ ਹੈ ਜਿਵੇਂ ਇਹ ਹਮਾਰਾ ਜੀਵਨਾ ਦੀ ਪੰਨੋ ਅੰਤ ਵਿੱਚ ਵਿਰੋਧ ਲਈ ਕੋਈ ਸ਼ਬਦ ਨਹੀਂ ਵਰਤਦੀ ਸਗੋ ਖਗਰੇ ਤੋਂ ਬਿਨਾ ਬੀਹ ਚ ਲੰਘਦੀ ਹੋਈ ਮੂਕ ਵਿਦਰੋਹ ਦਾ ਰੂਪਕ ਬਣ ਜਾਂਦੀ ਹੈ ਆਪਣੇ ਪਾਟਕਾਂ ਨੂੰ ਤਲਖ ਤੋਂ ਤਲਖ ਹਾਲਾਤ ਵਿੱਚ ਵੀ ਸਹਿਜ ਵਰਤਾਰੇ ਦੇ ਸਮਰੱਥ ਬਣਾਉਣਾ ਹੀ ਡਾਕਟਰਿਵਾਣਾ ਦੇ ਰਚਨਾਤਮਕ ਗੌਰਵ ਦੀ ਸਮਰੱਥਾ ਦਾ ਪ੍ਰਮਾਣ ਹੈ ਉਦੀ ਇਹ ਸਹਿਜਤਾ ਹੀ ਉਹਦੇ ਨਾਵਲਾਂ ਤੇ ਸਿਰਲੇਖਾਂ 'ਚ ਵੀ ਪਈ ਹੈ। ਮਸਲਨ ਪੰਜਾਬ ਸੰਕਟ ਦੀਆਂ ਤਲਖੀਆਂ ਦੀ ਪੇਸ਼ਕਾਰੀ ਵਾਲੇ ਨਾਵਲਾਂ ਦਾ ਸਿਰਲੇਖ ਜਿਮੀ ਪੁੱਛੇ ਅਸਮਾਨ ਹੋਣਾ ਜਾਂ ਨਕਸਲਵਾਦੀ ਲਹਿਰ ਦੇ ਤਣਾਵਾਂ ਬਾਰੇ ਲਿਖੇ ਨਾਵਲ ਦਾ ਸਿਰਲੇਖ ਹੇ ਰਾਮ ਹੋਣਾ ਇਸ ਤੱਥ ਦੇ ਸਾਦੀ ਪਰ ਸਕਦੇ ਹਨ। ਡਾਕਟਰ ਦਲੀਪ ਕੌਰ ਟਿਵਾਣਾ ਦੀ ਜੀ ਸ਼ਖਸੀਅਤ ਤੇ ਰਚਨਾਤਮਕ ਗੌਰਵ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਇਹ ਸ਼ਬਦ ਚਿੱਤਰਤਵੇਂ ਬਹਾਨਾ ਹੈ। ਗੋਡੇ ਚੁੱਪੁਣੀ ਛੋਣ ਦਾ ਹਾਲੇ ਬਹੁਤ ਸਾਰਾ ਛੋਪ ਕਤਨ ਵਾਲਾ ਪਿਆ ਹੈ ਉਹਦੀਆਂ ਰਚਨਾਵਾਂ ਬਾਰੇ ਭਾਵੇਂ ਕਈ ਪੁਸਤਕਾਂ ਲੇਖ ਖੋਜ ਪ੍ਰਬੰਧ ਪ੍ਰਾਪਤ ਹਨ ਪਰ ਉਹਨਾਂ ਦੀ ਸ਼ਖਸੀਅਤ ਦੇ ਵਡੇਰੇ ਪ੍ਰਸੰਗਾਂ ਤੇ ਰਚਨਾਕਾਰੀ ਵਿਸਥਾਰਾਂ ਦਾ ਯੋਗ ਮੁਲਾਂਕਣ ਹਾਲੇ ਹੋਣਾ ਰਹਿੰਦਾ ਹੈ ਸਮੀਖਿਆ ਦੇ ਪਰੰਪਰਿਕ ਪ੍ਰਤੀਮਾਨਾ ਨਾਲ ਸ਼ਾਇਦ ਇਹ ਸੰਭਵ ਹੀ ਨਾ ਹੋਵੇ ਉਹਦੇ ਜੀਵਨ ਦੇ ਸਰੋਕਾਰਾਂ ਤੇ ਰਚਨਾ ਦੇ ਪਸਾਰੇ ਵਿੱਚ ਪ੍ਰਤੀ ਮਾਨਾਂ ਦੀ ਤਲਾਸ਼ ਕਰਨੀ ਹੋਏਗੀ ਇਸੇ ਲਈ ਉਹਦੀਆਂ ਰਚਨਾਵਾਂ ਚ ਵੰਗਾਰ ਹੈ ਕਿਉਂਕਿ ਇੱਕ ਵਿਸ਼ੇਸ਼ ਕਾਲ ਚ ਇੱਕ ਵਿਸ਼ੇਸ਼ ਵਿਅਕਤੀ ਵੱਲੋਂ ਰਚੀਆਂ ਹੋਣ ਦੇ ਬਾਵਜੂਦ ਇੱਕ ਹੀ ਕਾਲਾਂ ਨੂੰ ਇੱਕੋ ਵੇਲੇ ਸਮੇਟਦੀਆਂ ਹਨ ਤੇ ਲਿਖਣ ਵਾਲਾ ਵਿਅਕਤੀ ਵਿਸ਼ੇਸ਼ ਇਹਨਾਂ ਦੀ ਅੰਤਰ ਪ੍ਰਕਿਰਿਆ ਚੋਂ ਗੁਜ਼ਰਦਿਆਂ ਨਿਰਵਿਸ਼ੇਸ਼ ਬਣ ਗਿਆ ਹੈ ਅਸਲ ਚ ਮੈਡਮ ਟਿਵਾਨਾ ਆਪਣੀਆਂ ਰਚਨਾਵਾਂ ਲਈ ਪਿਛਲ ਚਾਤ ਰੈਟ੍ਰੋਸਪੈਕਸ਼ਨ ਤੇ ਅੰਦਰ ਚ ਅੰਤਰਚਾਤ ਇਨਟਰੋਸਪੈਕਸ਼ਨ ਦਾ ਸੁਮੇਲ ਸਿਰਜਦੀ ਹੈ ਤੇ ਆਪਣੇ ਪਾਤਰਾਂ ਰਹੀਂ ਆਪਣੇ ਸਵੈਰ ਨੂੰ ਤੇ ਆਪਣੇ ਸਵੈਰ ਰਹੀਂ ਪਾਤਰਾਂ ਨੂੰ ਅਜੇ ਹੀ ਵਿਸਤਾਰ ਦਿੰਦੀ ਹੈ ਕਿ ਉਸ ਦੀਆਂ ਰਚਨਾਵਾਂ ਹਮੇਸ਼ਾ ਨਵੀਂ ਦਿਸਹੱਦਿਆਂ ਦੀ ਤਲਾਸ਼ ਵੱਲ ਰਚਿਤ ਜਾਂਦੀਆਂ ਹਨ ਇਸੇ ਲਈ ਉਹਦਾ ਰਚਨਾ ਜਗਤ ਪਰੰਪਰਕ ਸਮਿਖਿਆ ਲਈ ਵੰਗਾਰ ਹੈ ਇਸ ਵੰਗਾਰ ਦਾ ਸਾਹਮਣਾ ਕਰਨਾ ਹਾਰੀ ਸਾਰੀ ਦੀ ਵਸਤਾ ਰੋਗ ਨਹੀਂ ਕਿਉਂਕਿ ਰਚਨਾਤਮਕਤਾ ਦੇ ਬਹੁ ਦਿਸ਼ਾਵੀਤ ਰਤਲਾ ਦਾ ਤਲਸਮੀ ਸੰਸਾਰ ਹੈ dan <tuk tangan>